ਕਿੱਡੀ ਪਿਆਰੀ ਬੇਨਤੀ ਹੈ ਜੀ, ਕਿੰਨੀ ਪਿਆਰੀ ਬੇਨਤੀ ਮੇਰੇ ਸਾਹਿਬਾਨ ਨੇ ਸਾਨੂੰ ਕਰਨੀ ਸਿਖਾਈ ਹੈ। ਕਹਿੰਦੀ ਉਹ ਕਰਮਾਂ ਵਾਲਿਓ, ਜੇ ਇਬਾਦਤ ਕਰਨ ਲਈ ਬੈਠ ਹੀ ਗਏ ਹੋ, ਉਸ ਇਬਾਦਤ ਦੇ ਵਿੱਚ ਜੇ ਬੇਨਤੀਆਂ ਲਾਣ ਹੀ ਲੱਗੇ ਹੋ, ਤੇ ਫਿਰ ਵੱਡੀ ਦਾਤ ਦੀ ਬੇਨਤੀ ਲਾਏ, ਵੱਡੀ ਦਾਤ, ਵੱਡੀ ਸ਼ੈ ਮੰਗਿਓ, ਤੇ ਸਭ ਤੋਂ ਵੱਡੀ ਸ਼ੈ ਮੇਰੇ ਸਾਹਿਬ ਕਹਿੰਦੇ ਨੇ ਪਰਮੇਸ਼ਰ ਦਾ ਨਾਮ, ਪਰਮੇਸ਼ਰ ਦੀ ਭਗਤੀ। ਰੋਜ਼ ਪਏ ਸੁਣਦੇ ਆ, ਰੋਜ਼ ਮਨ ਮੰਦਾ ਹੀ ਨਹੀਂ, ਮਨ ਮੰਦਾ ਹੀ ਨਹੀਂ। ਜਿਸ ਦਿਨ ਮਨ ਮੰਨ ਗਿਆ ਨਾ ਕਰਮਾਂ ਵਾਲਿਓ, ਜਿਸ ਦਿਨ ਮਨ ਮੰਨ ਗਿਆ ਕਿ ਸਭ ਤੋਂ ਸਿਰਮੋਰ ਸ਼ੈ ਨਾਮ ਹੈ, ਇਹ ਨਾਮ ਛੱਡੇਗਾ ਹੀ ਨਹੀਂ। ਆਖੋ ਸਤਨਾਮ, ਨਾਮ ਛੱਡੇਗਾ ਹਰ ਵੇਲੇ, ਕਨੈਕਟ ਰਹੇਗਾ ਹਰ ਵੇਲੇ, ਚਾਰਜ ਰਹੇਗਾ। ਬੇਨਤੀਆਂ ਲਾਈਏ ਸੱਜੇ ਪਾਤਸ਼ਾਹ, ਪ੍ਰੇਮ ਭਗਤ ਆਪਣੋ ਨਾਮ ਦੀ ਪ੍ਰੇਮਾ ਭਗਤੀ। ਇੱਕ ਹੁੰਦੀ ਹੈ ਸੁੱਕੀ ਭਗਤੀ, ਸੁੱਕੀ ਭਗਤੀ, ਭਗਤੀ ਕਰ ਰਿਹਾ ਖਾਲੀ ਸਮਾਂ ਲੇਖੇ ਲਾ ਰਿਹਾ, ਬਸ ਖਾਲੀ ਸਮਾਂ ਲੇਖੇ ਲਾ ਰਿਹਾ, ਜੀਵਨ ਸੁੱਕਾ ਪਿਆ, ਹਲੇ ਈਰਖਾ ਉਦਾਂ ਹੀ ਅੰਦਰ ਹੈ, ਨਿੰਦਿਆ ਉਦਾਂ ਹੀ ਅੰਦਰ ਹੈ, ਨਿੱਕੀ ਨਿੱਕੀ ਗੱਲ ਤੇ ਖਾਉ ਖਾਉ ਕਰਦਾ, ਖਾਣ ਨੂੰ ਪੈਂਦਾ। ਭਗਤੀ ਵੀ ਹੈ, ਇਬਾਦਤ ਵੀ ਹੈ, ਨਾਮ ਵੀ ਜਪ ਰਿਹਾ, ਰੋਜ਼ ਨਿਤਨੇਮ ਵੀ ਕਰਦਾ, ਸੁਖਮਨੀ ਸਾਹਿਬ ਦਾ ਪਾਠ ਵੀ ਕਰਦਾ ਪਿਆ, ਆਪਣਾ ਸਹਿਜ ਪਾਠ ਵੀ ਕਰਦਾ ਪਿਆ, ਪਰ ਕਮਾਲ ਦੀ ਗੱਲ ਬੋਲਦਾ ਚਾਚੇ ਜੀ, ਸੁੱਕੀ ਭਗਤੀ, ਸੁੱਕੀ ਭਗਤੀ ਹੈ। ਸਮਾਂ ਲੇਖੇ ਲਾਇਆ ਜਾ ਰਿਹਾ, ਕਈ ਇਹਨੂੰ ਕਹਿ ਦਿੰਦੇ ਜੀ ਕੀ ਫਾਇਦਾ ਐਸੀ ਭਗਤੀ ਦਾ, ਤੋੜਦੇ ਤੋੜਦੇ, ਕਿਉਂ ਨੀ ਫਾਇਦਾ ਜੀ, ਸਮਾਂ ਤਾਂ ਲੇਖੇ ਲੱਗ ਰਿਹਾ ਨੇ, ਪਰ ਸਾਹਿਬ ਨੇ ਇੱਥੇ ਸੁੱਕੀ ਭਗਤੀ ਨਹੀਂ ਮੰਗੀ, ਇੱਥੇ ਪ੍ਰੇਮਾ ਭਗਤੀ ਮੰਗੀ। ਆਖੋ ਸਾਧਨਾ, ਪ੍ਰੇਮਾ ਭਗਤੀ, ਜਿਹਦੇ ਕੋਲ ਪ੍ਰੇਮਾ ਭਗਤੀ ਹੋਏਗੀ ਨਾ ਉਹਦੇ ਜੀਵਨ ਚ ਖੁਸ਼ਬੂ ਆਏਗੀ। ਆਖੋ ਸਾਧਨਾ, ਸੱਚਾਈ ਜੀ, ਤੁਹਾਨੂੰ ਉਹਦੇ ਕੋਲ ਬੈਠਣ ਦਾ ਮਨ ਕਰੇਗਾ, ਸੱਚਾਈ, ਉਹਦੇ ਬੋਲ ਸੁਣਨ ਦਾ ਮਨ ਕਰੇਗਾ, ਕਿਉਂਕਿ ਉਹਦੇ ਕੋਲ ਹੈ ਹੀ ਪਿਆਰ, ਮਿੱਠੇ ਬੋਲਣੇ, ਮਿੱਠਾ ਸੁਭਾਅ ਹੈ, ਬਖਸ਼ ਦੇਣ ਦਾ ਸੁਭਾਅ ਹੈ, ਨਿਮਰਤਾ ਹੈ, ਸਹਿਜ ਹੈ, ਅੰਦਰ ਆਨੰਦ ਹੈ, ਤੇ ਬੋਲਦਾ ਤੇ ਆਨੰਦ ਵੰਡਦਾ ਹੈ। ਸਤਨਾਮ, ਵਾਹਿਗੁਰੂ, ਵਾਹਿਗੁਰੂ, ਪ੍ਰੇਮਾ ਭਗਤੀ।
ਪ੍ਰੇਮਾ ਭਗਤੀ ਦੇ ਵਿੱਚ ਜੀਵਨ ਨਿਖਰਦਾ ਹੈ। ਸੁੱਕੀ ਭਗਤੀ ਦੇ ਵਿੱਚ ਸਮਾਂ ਲੇਖੇ ਲੱਗਦਾ ਹੈ, ਕੋਈ ਪ੍ਰੇਮਾ ਭਗਤੀ ਦੇ ਵਿੱਚ ਜਨਮ ਲੇਖੇ ਲੱਗਦਾ ਹੈ। ਆਖੋ ਸਤਨਾਮ ਵਾਹਿਗੁਰੂ ਸਤਿ ਸ੍ਰੀ ਅਕਾਲ। ਜਨਮ ਲੇਖੇ ਲੱਗਦਾ ਹੈ। ਕਈ ਵਾਰੀ ਐਸੇ ਜੀਵਨ ਵਾਲੇ ਤੁਸੀਂ ਦੇਖੇ ਹੋਣੇ, ਬਹੁਤ ਬਹੁਤ ਪਾਠ, ਪਰ ਕੋਈ ਨੇੜੇ ਨਹੀਂ ਬੈਠਣਾ ਚਾਹੁੰਦਾ ਉਹਨਾਂ ਦੇ। ਹਰ ਵੇਲੇ ਟੋਨ, ਹਰ ਵੇਲੇ ਮਹਿਣਾ, ਹਰ ਵੇਲੇ ਦੁਖੀ ਕਰਨਾ। ਬੰਦਾ ਕਹਿੰਦਾ ਯਾਰ ਕਿੱਥੇ ਆ ਕੇ ਬਹਿ ਗਿਆ। ਅਗਰ ਸਾਹਮਣੇ ਤੋਂ ਬੰਦਾ ਆਉਂਦਾ ਹੋਏਗਾ ਤਾਂ ਰਸਤਾ ਬਦਲ ਲੈਂਦਾ, ਵੀ ਕਮਾਲ ਹੋ ਗਈ। ਤਾਂ ਹੀ ਤਾਂ ਸਾਹਿਬ ਕਹਿੰਦੇ ਪ੍ਰੇਮ ਭਗਤ। ਇੱਥੇ ਭਗਤ ਕੱਤੇ ਨੂੰ ਸਿਆਰੀ ਹੈ ਭਗਤੀ, ਤੇ ਕਿਹੜੀ ਭਗਤੀ ਮੰਗੀ? ਪ੍ਰੇਮਾ ਭਗਤੀ, ਪ੍ਰੇਮਾ ਭਗਤੀ। ਆਹ ਜਿਹੜਾ ਅੰਮ੍ਰਿਤ ਵੇਲਾ ਸੰਭਾਲ ਰਹੇ ਕਰਮਾਂ ਵਾਲੇ, ਕਿਸੇ ਨੇ ਕੋਈ ਡੰਡਾ ਦਿੱਤਾ ਹੋਇਆ ਮੈਨੂੰ ਦੱਸੋ? ਕਿਸੇ ਨੇ ਕੋਈ ਡੰਡਾ ਦਿੱਤਾ? ਕਿਸੇ ਦਾ ਕੋਈ ਡਰ ਹੈ? ਸੱਚ ਕਹੋ, ਡਰ ਤਾਂ ਹੈ, ਨਿਰਮਲ ਭਾਉ ਹੈ। ਆਖੋ ਸਤਨਾਮ, ਨਿਰਮਲ ਭਾਉ ਹੈ। ਮੈਂ ਵਾਹਿਗੁਰੂ ਜੀ ਨੂੰ ਕੀ ਜਵਾਬ ਦਿਆਂਗਾ? ਮੈਂ ਆਪਣੇ ਗੁਰੂ ਨਾਨਕ ਨੂੰ ਕੀ ਜਵਾਬ ਦਿਆਂਗਾ? ਇਹ ਹੈ ਪ੍ਰੇਮ ਭਗਤ। ਬੰਦੇ ਦੇ ਦਬਾਵ ਦੇ ਉੱਪਰ ਨਹੀਂ, ਸਤਿਗੁਰ ਦੇ ਪ੍ਰੇਮ ਦੇ ਵਿੱਚ ਇਹ ਬੰਦਗੀ ਹੋ ਰਹੀ ਹੈ ਅੰਮ੍ਰਿਤ ਵੇਲੇ ਦੀ। ਆਖੋ ਸਤਨਾਮ ਵਾਹਿਗੁਰੂ। ਕੋਈ ਨਹੀਂ ਜਾਗੇਗਾ ਤੇ ਅਸੀਂ ਕੀ ਕਰਾਂਗੇ? ਦੱਸੋ ਕੀ ਕਰਨਾ? ਕੋਈ ਨਹੀਂ ਆਏਗਾ ਕੀ ਕਰਨਾ? ਘਰ ਜਾ ਕੇ ਡੰਡੇ ਮਾਰਾਂਗੇ? ਘਰ ਜਾ ਕੇ ਸਜ਼ਾ ਦੇਵਾਂਗੇ? ਐਸਾ ਹੱਕ ਕਿਸੇ ਨੂੰ ਵੀ ਨਹੀਂ ਹੈ। ਪਰ ਫਿਰ ਵੀ ਰਾਤ ਰਾਤ ਘੜੀਆਂ ਉਡੀਕਦੀਆਂ। ਆਖੋ ਸਤਨਾਮ। ਰਾਤ ਰਾਤ ਸਮੇਂ ਨੂੰ ਉਡੀਕਿਆ ਜਾਂਦਾ, ਘੜੀਆਂ ਵੇਖੀਆਂ, ਮੁੜ ਮੁੜ ਘੜੀਆਂ ਵੇਖੀਆਂ ਜਾਂਦੀਆਂ। ਅੰਮ੍ਰਿਤ ਵੇਲੇ ਦੀ ਖਿੱਚ ਪਈ ਰਹਿੰਦੀ ਹੈ। ਕਿਉਂ? ਕਿਉਂਕਿ ਸਾਹਿਬ ਦੀ ਨਜ਼ਰ ਮਿਲ ਜਾਵੇ। ਆਖੋ ਸਤਨਾਮ। ਸਾਹਿਬ ਦੀ ਖੁਸ਼ੀ ਮਿਲ ਜਾਵੇ। ਇਹ ਹੈ ਪ੍ਰੇਮ ਭਗਤ। ਜੀਵਨ ਤਬਦੀਲ ਹੋਇਆ, ਜੀਵਨ ਇੱਥੋਂ ਨਿਖਰਦੇ ਨਜ਼ਰ ਆਏ। ਆਖੋ ਸਾਹਿਬ। ਤੁਹਾਡੇ ਵਿੱਚੋਂ ਕਈਆਂ ਦੇ ਸਾਥ ਸੰਗਤ ਕਮੈਂਟ ਮੈਂ ਪੜ੍ਹਦਾ, ਕਈਆਂ ਦੇ। ਦੱਸੋ ਕੀ ਹੋਏ? ਨੀ ਹੋਏ ਨੀ? ਕਈ ਸਰੀਰ ਕਹਿੰਦੇ ਜੀ ਸਾਲ ਪਹਿਲੇ ਜਦੋਂ ਅਸੀਂ ਕਨੈਕਟ ਨਹੀਂ ਸੀ, ਆਖੋ ਸਾਹਿਬ, ਚਾਰਜ ਨਹੀਂ ਸੀ, ਬੁਝੇ ਬੁਝੇ ਜੇ ਰਹਿੰਦੇ ਸੀ। ਆਖੋ ਦੁਖੀ ਰਹਿੰਦੇ ਸੀ, ਕਲਪਦੇ ਰਹਿੰਦੇ ਸੀ, ਬੈਟਰੀ ਖਤਮ ਹੋਈ ਪਈ ਸੀ, ਮੋਬਾਈਲ ਦੀ ਬੈਟਰੀ ਖਤਮ ਹੋ ਜਾਵੇ, ਸਾਰੇ ਫੰਕਸ਼ਨ ਖਤਮ ਹੋ ਜਾਂਦੇ ਸਾਰੇ। ਉਹਦੇ ਵਿੱਚ ਤੁਸੀਂ ਆਡੀਓ ਸੁਣਦੇ ਹੋ, ਉਹ ਵੀ ਬੰਦ ਹੋ ਜਾਂਦਾ। ਉਹਦੇ 'ਚ ਤੁਸੀਂ ਵੀਡੀਓ ਦੇਖਦੇ ਹੋ, ਉਹ ਵੀ ਬੰਦ ਹੋ ਜਾਂਦਾ। ਕੈਮਰਾ ਚਲਾਉਂਦੇ ਉਹ ਵੀ ਬੰਦ ਹੋ ਜਾਂਦਾ, ਟੋਰਚ ਚਲਾਉਂਦੇ ਉਹ ਵੀ ਬੰਦ ਹੋ ਜਾਂਦਾ, ਸਾਰੇ ਫੰਕਸ਼ਨ ਡੈਡ ਹੋ ਜਾਂਦੇ ਖਤਮ। ਕਿਉਂ? ਬੈਟਰੀ ਖਤਮ ਹੋ ਗਈ।
ਖਤਮ ਹੋ ਗਈ ਬੈਟਰੀ, ਚਾਰਜ ਖਤਮ ਹੋ ਗਈ, ਚਾਰਜਿੰਗ ਖਤਮ ਹੋ ਗਈ, ਬਹਿ ਗਏ ਆਖੋ ਸਤ ਨਾਮ। ਫਿਰ ਐਸੇ ਇਲਾਕੇ ਚ ਕਿਤੇ ਪਹੁੰਚਿਆ ਹੋਵੇ ਬੰਦਾ ਜਿੱਥੇ ਚਾਰਜਿੰਗ ਹੀ ਨਾ ਮਿਲੇ, ਜਿੱਥੇ ਲਾਈਟ ਹੀ ਨਾ ਮਿਲੇ, ਮੱਥਾ ਫੜ ਕੇ ਬਹਿ ਜਾਂਦਾ, ਆ ਕੀ ਬਣ ਗਿਆ ਮੇਰੇ ਨਾਲ। ਹੁਣ ਉਹ ਖਾਲੀ ਡੱਬਾ ਰਹਿ ਗਿਆ, ਮੋਬਾਈਲ ਭਾਵੇਂ ਡੇਢ ਲੱਖ ਦਾ ਹੋਵੇ ਤੇ ਭਾਵੇਂ ਲੱਖ ਦਾ ਹੋਵੇ ਤੇ ਭਾਵੇਂ 70,000 ਦਾ ਹੋਵੇ ਤੇ ਭਾਵੇਂ 5,000 ਦਾ ਹੋਵੇ, ਉਹ ਡੱਬਾ ਰਹਿ ਗਿਆ। ਉਹਦੇ ਚ ਸਾਰੇ ਫੰਕਸ਼ਨ ਡੈਡ ਹੋ ਗਏ, ਖਤਮ ਹੋ ਗਏ, ਚਾਰਜਿੰਗ ਹੀ ਨਹੀਂ ਹੈ, ਕੀ ਕਰੇਗਾ। ਇਹ ਬੰਦਾ ਵੀ ਡੈਡ ਹੋ ਜਾਂਦਾ ਹੈ ਬਿਨਾਂ ਚਾਰਜਿੰਗ ਦੇ, ਸਾਰੇ ਫੰਕਸ਼ਨ ਖਤਮ ਹੋ ਜਾਂਦੇ, ਇਹਦੇ ਸਾਰੇ ਸ਼ੁਭ ਗੁਣ ਮਰ ਜਾਂਦੇ ਨੇ ਜਦੋਂ ਚਾਰਜਿੰਗ ਖਤਮ ਹੋ ਜਾਏ। ਆਖੋ ਸਤਨਾਮ। ਸੜਿਆ ਰਹਿੰਦਾ, ਕਲਪਿਆ ਰਹਿੰਦਾ, ਕ੍ਰੀਜਿਆ ਰਹਿੰਦਾ, ਆਪ ਵੀ ਸੜਦਾ, ਚੋਪਾ ਮਾਰਦਾ ਰਹਿੰਦਾ, ਦੂਜਿਆਂ ਨੂੰ ਵੀ ਸਾੜਦਾ, ਚਾਰਜਿੰਗ ਖਤਮ ਹੋ ਗਈ। ਹੁਣ ਚਾਰਜ ਕਿਵੇਂ ਹੋਏਗਾ, ਇਹਨੂੰ ਕਨੈਕਟ ਹੋਣਾ ਹੋਏਗਾ। ਆਖੋ ਸਤਨਾਮ। ਇਹਨੂੰ ਕਨੈਕਟ ਹੋਣਾ ਪਏਗਾ, ਇਹਨੂੰ ਵਾਹਿਗੁਰੂ ਜੀ ਦੇ ਨਾਲ ਕਨੈਕਟ ਹੋਣਾ ਪਏਗਾ, ਇਹਨੂੰ ਅੰਮ੍ਰਿਤ ਵੇਲੇ ਨਾਲ ਕਨੈਕਟ ਹੋਣਾ ਪਏਗਾ। ਹੁਣ ਜਿਵੇਂ ਜਿਵੇਂ ਇਹ ਕਨੈਕਟ ਹੁੰਦਾ ਜਾਏਗਾ, ਤਿਵੇਂ ਤਿਵੇਂ ਚਾਰਜ ਹੁੰਦਾ ਜਾਏਗਾ। ਆਖੋ ਸਤਨਾਮ। ਸਤਿ ਸ੍ਰੀ ਅਕਾਲ। ਕਰਮਾਂ ਵਾਲੇ ਫਿਰ ਖੇੜਾ ਆ ਜਾਂਦਾ, ਆਨੰਦ ਆ ਜਾਂਦਾ, ਸਹਿਜ ਆ ਜਾਂਦਾ, ਖਿੜਿਆ ਰਹਿੰਦਾ, ਉਹ ਖਿੜਿਆ ਰਹਿੰਦਾ, ਹਰ ਰੰਗ ਨੂੰ ਮਾਣਦਾ ਹੈ, ਹਰ ਰੰਗ ਨੂੰ ਮਾਣਦਾ ਹੈ, ਹਰ ਸਮੇਂ ਨੂੰ ਮਾਣਦਾ ਹੈ, ਇੰਨਾ ਖਿੜ ਜਾਂਦਾ ਹੈ ਜੀ। ਸਾਹਿਬ ਕਹਿੰਦੇ ਪ੍ਰੇਮ ਭਗਤ, ਇੱਥੋਂ ਸਾਹਿਬ ਨੇ ਗੱਲ ਕੀਤੀ, ਕਹਿੰਦੇ ਪ੍ਰੇਮ ਭਗਤ, ਫਿਰ ਕਹਿੰਦੇ ਆਪਣੋ ਨਾਮ ਦੀਜੇ, ਆਪਣਾ ਨਾਮ, ਆਪਣਾ ਨਾਮ ਦੇ ਮੈਂ, ਮੇਰਾ ਨਾਮ ਤਾਂ ਮੇਰੇ ਕੋਲ ਬਥੇਰਾ ਪਿਆ ਹੋਇਆ, ਹਰ ਵੇਲੇ ਮੈਂ ਆਪਣੇ ਨਾਮ ਦੀ ਝੰਡੇ ਚੱਕੀ ਫਿਰਦਾ, ਹਰ ਵੇਲੇ ਮੈਂ ਆਪਣੇ ਨਾਮ ਨੂੰ ਲਿਸ਼ਕਾਉਂਦਾ ਫਿਰਦਾ, ਮੈਂ। ਸਾਹਿਬ ਕਹਿੰਦੇ ਆਪਣੋ ਨਾਮ ਦੀ, ਹਰ ਵੇਲੇ ਮੈਂ ਤੇਰਾ ਨਾਮ ਹੀ, ਤੇਰੇ ਨਾਮ ਦੇ ਝੰਡੇ ਚੱਕੀ ਫਿਰ, ਹਰ ਵੇਲੇ ਮੈਂ ਤੇਰੇ ਨਾਮ ਨਾਲ ਕਨੈਕਟ। ਪ੍ਰੇਮ ਭਗਤ ਆਪਣੋ ਨਾਮ ਦੀਜੇ, ਫਿਰ ਕਹਿੰਦੇ ਦਿਆਲ ਅਨੁਗ੍ਰਹਿ ਕਰਦੇ, ਆ ਕਿਰਪਾ ਕਰਦੇ, ਮੈਂ ਮੰਗਦਾ ਵਾ ਨਾ ਤੁਹਾਡੇ ਕੋਲ, ਮੈਂ ਜ਼ਰੂਰ ਮੰਗਦਾ ਸਾਹਿਬ ਤੁਹਾਡੇ ਕੋਲੋਂ, ਪਰ ਮੈਂ ਮੰਗਦਾ ਤੁਹਾਡੇ ਕੋਲੋਂ, ਮੈਂ ਤੁਹਾਨੂੰ ਮੰਗਦਾ। ਆਖੋ ਸਤਨਾਮ। ਤੁਹਾਡੇ ਕੋਲੋਂ ਮੈਂ ਤੁਹਾਨੂੰ ਮੰਗਦਾ, ਗੁਰੂ ਨਾਨਕ ਸੇ ਗੁਰੂ ਨਾਨਕ ਕੋ ਮੰਗ ਲਓ, ਮੰਗ ਲਓ ਗੁਰੂ ਨਾਨਕ ਦੇ ਕੋਲੋਂ, ਗੁਰੂ ਨਾਨਕ ਨੂੰ ਹੀ ਮੰਗ ਲਓ। ਸਾਹਿਬ ਮਾਲ ਖਜ਼ਾਨਾ ਥੇ ਹੋ ਕਰ, ਹਰ ਕੇ ਚਰਨ ਨਿਦਾਨ, ਨਾਨਕ ਜਾਚਕ ਦਰ ਤੇਰੇ ਪ੍ਰਭ ਤੁਧ ਨੂੰ ਮੰਗੈ ਦਾਨ, ਤੁਧ ਨੂੰ ਹੇ ਮੇਰੇ ਵਾਹਿਗੁਰੂ, ਪ੍ਰਭ ਪ੍ਰਭ ਰੱਬ ਨੂੰ, ਪ੍ਰਭ ਤੁਧ ਨੂੰ ਮੰਗੈ ਦਾਨ, ਤੈਨੂੰ ਮੰਗਦਾ, ਤੈਨੂੰ ਮੰਗਦਾ। ਸੱਚੇ ਪਾਤਸ਼ਾਹ ਕਿਰਪਾ ਕਰਨ ਸਾਧ ਸੰਗਤ, ਰੌਣਕ ਲੱਗ ਜਾਏਗੀ ਜ਼ਿੰਦਗੀ ਦੇ ਵਿੱਚ, ਖੇੜਾ ਆ ਜਾਏਗਾ, ਜੀਵਨ ਜਿਉਣ ਦਾ ਆਨੰਦ ਆ ਜਾਏਗਾ। ਕੋ ਸਤਨਾਮ।
ਕਈ ਸਮਝਾਉਂਦੇ ਜੀ ਏਦਾਂ ਜੀਓ, ਏਦਾਂ ਜੀਓ, ਏਦਾਂ ਜੀਓ, ਏਦਾਂ ਜੀਓ, ਛੱਡੋ। ਜਦੋਂ ਸਾਹਿਬ ਦੇ ਨਾਲ ਜੁੜੋਗੇ ਫਿਰ ਸਾਹਿਬ ਤੁਹਾਨੂੰ ਜੀਣਾ ਸਿਖਾਣਗੇ। ਆਖੋ ਸਤਨਾਮ, ਤੁਹਾਡੇ ਵਿੱਚੋਂ ਵਰਤਣਗੇ, ਤੁਹਾਡੇ ਵਿੱਚੋਂ ਵਰਤ ਕੇ ਤੁਹਾਨੂੰ ਜੀਣਾ ਸਿਖਾਣਗੇ। ਆਖੋ ਸਤਨਾਮ। ਗੁਰੂ ਦੇ ਗਿਆਨ ਕਰਕੇ ਮੈਨੂੰ ਫਿਰ ਜੀਣਾ ਆਏਗਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤ, ਫਿਰ ਅਹਿਸਾਸ ਹੋਏਗਾ ਇਸ ਮਨ ਨੂੰ ਕਿ ਇਹ ਬੋਲੀ ਕੀ ਮੇਰੇ ਸਤਿਗੁਰ ਨੂੰ ਪਾਉਂਦੀ ਹੈ, ਜਿਹੜੀ ਮੈਂ ਬੋਲੀ ਬੋਲਦਾ। ਨਹੀਂ 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 ਪਾਉਂਦੀ, ਨਹੀਂ ਬਈ ਅੱਜ ਤੋਂ ਬਾਅਦ ਨਹੀਂ ਬੋਲਣੀ ਆ ਬੋਲੀ, ਨਾ ਅੱਜ ਤੋਂ ਬਾਅਦ ਕਨੈਕਟ ਹੈ ਨਾ, ਕਨੈਕਟ ਹੈ ਜਿਹਦੇ ਨਾਲ ਕਨੈਕਟ ਹੈ, ਹੁਣ ਉਹਦਾ ਅਸਰ ਆਉਣਾ ਸ਼ੁਰੂ ਹੋ ਰਿਹਾ ਨਾ ਜੀ। ਆਖੋ ਸਤਨਾਮ, ਉਹਦਾ ਅਸਰ ਆਉਣਾ ਸ਼ੁਰੂ ਹੋ ਰਿਹਾ, ਕਨੈਕਟ ਹੈ ਨਾ ਜੀ। ਮਰਦਾ ਉਦੋਂ ਹੀ ਹੈ ਜਦੋਂ ਵਿਛੜਦਾ, ਤੇ ਵਿਛੜਦਾ ਉਦੋਂ ਹੀ ਜਦੋਂ ਸਤਸੰਗ ਜੀ ਆ ਸੰਗਤ ਤੋਂ ਦੂਰ ਜਾਵੇ। ਆਖੋ ਸਤਨਾਮ। ਗੁਰੂ ਨਾਨਕ ਕਿਰਪਾ ਕਰਨ, ਨਦਰ ਕਰਨ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਰਹਿੰਦੇ ਸਵਾਸਾਂ ਤੱਕ ਸਾਧ ਸੰਗਤ, ਇਹ ਜੋਧੜੀਆਂ ਕਰਦੇ ਰਹਿਣਾ ਸਤਿਗੁਰ ਜੀ ਨੂੰ ਕਿ ਗਰੀਬ ਨਿਵਾਜ, ਇਹ ਸਮਾਂ ਮੈਂ ਸੰਭਾਲਦਾ ਰਹਾਂ, ਰਹਿੰਦੇ ਸਵਾਸਾਂ ਤੱਕ ਇਹ ਸਮਾਂ ਸੰਭਾਲਦਾ ਰਹਾਂ। ਗਰੀਬ ਨਿਵਾਜ ਆ ਕਿਰਪਾ ਕਰਨੀ ਮੇਰੇ ਤੇ, ਇਹ ਕਿਰਪਾ ਕਰ। ਅੱਜ ਅੰਮ੍ਰਿਤ ਵੇਲੇ ਜਾਗੇ ਹੋ, ਜਾਣ ਵੇਲੇ ਕੱਲ ਦਾ ਅੰਮ੍ਰਿਤ ਵੇਲਾ ਮੰਗ ਕੇ ਜਾਇਓ, ਜੋਧੜੀਆਂ ਕਰਕੇ ਜਾਇਓ, ਤਰਲੇ ਪਾ ਕੇ ਜਾਇਓ। ਗਰੀਬ ਨਿਵਾਜ ਜਿਵੇਂ ਅੱਜ ਜਗਾ ਕੇ ਗੋਦੀ ਚ ਬਿਠਾ ਕੇ ਨਾਮ ਜਪਾਇਆ ਈ, ਕੱਲ ਫਿਰ ਬਖਸ਼ਿਸ਼ ਕਰ, ਕੱਲ ਫਿਰ ਬਖਸ਼ਿਸ਼ ਕਰ। ਸਤਿ ਸ੍ਰੀ ਅਕਾਲ।